ਕਈ ਜਗ੍ਹਾ ਤੇ ਸਮੱਸਿਆ ਇਹ ਆ ਰਹੀ ਹੈ ਵੀ ਹੁਣ ਉੱਥੇ ਮਾਰਕੀਟ ਰੇਟ ਹੈ, ਮੰਨ ਲਓ ਮੈਂ ਬਠਿੰਡੇ ਦੀ ਉਦਾਹਰਨ ਦੇਵਾਂ, ਉੱਥੇ 2.5 ਕਰੋੜ ਰੁਪਇਆ, ਤੇ ਐਕੁਆਇਰ ਕਰਨ ਲਈ ਅਸੀਂ ਕਹਿ ਰਹੇ ਹਾਂ ਵੀ ਜੀ ਤੁਸੀਂ 2.25 ਕਰੋੜ ਰੁਪਇਆ ਦੇ ਦਿਓ, ਤੁਹਾਡੀ ਜ਼ਮੀਨ ਜਿਹੜੀ ਆ ਉਹ ਲੈਣੀ ਹੈ, ਤਾਂ ਮੈਨੂੰ ਦੱਸੋ ਵੀ ਕਿਹੜਾ ਜ਼ਿਮੀਦਾਰ ਜਾਂ ਜ਼ਿਮੀਦਾਰ ਨਾ ਵੀ ਹੋਵੇ, ਕਿਹੜਾ ਵਿਅਕਤੀ ਆਪਦੀ 2.5 ਕਰੋੜ ਵਾਲੀ ਚੀਜ਼ 2.25 ਕਰੋੜ ਦੀ ਦੇਊਗਾ। ਠੀਕ ਹੈ, ਜਿਹੜੇ ਸਹੀ ਮੁੱਲ ਨੇ ਜੋ ਬਣਦੇ ਮਾਰਕੀਟ ਰੇਟ ਹੈ ਉਹ ਦਿੱਤੇ ਜਾਣ, ਤਾਂ ਲੋਕ ਤਾਂ ਚਾਹੁੰਦੇ ਹੀ ਹੈ ਵੀ ਭਾਈ ਜਿਹੜੀ ਡਿਵੈਲਪਮੈਂਟ ਸਟੇਟ ਦੀ ਹੋਵੇ ਤਾਂ ਇਹਦੇ ਲਈ, ਪਰ ਰੇਟ ਵੀ ਜਿਹੜੇ ਬਣਦੇ ਆ ਉਹ ਦੇਣੇ ਚਾਹੀਦੇ ਆ। ਹੁਣ ਮੈਂ ਤੁਹਾਨੂੰ ਉਦਾਹਰਨ ਤੌਰ 'ਤੇ ਮੈਂ ਸਵਾਲ ਚੁੱਕਿਆ ਸੀਗਾ ਉੱਥੇ ਪਾਰਲੀਮੈਂਟ 'ਚ ਵੀ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਲੈ ਕੇ ਚੰਡੀਗੜ੍ਹ ਤੱਕ ਰੇਲ ਦੀ ਜਿਹੜੀ ਹੈ ਉਹ ਕੀਤੀ ਜਾਵੇ। ਉਸ ਤੋਂ ਬਾਅਦ ਮੈਂ ਇੱਕ ਰਿਟਰਨ ਦਿੱਤਾ, ਮੈਨੂੰ ਰਿਟਰਨ ਰਿਪਲਾਈ ਆਇਆ ਸਰਕਾਰ ਵੱਲੋਂ, ਕੇਂਦਰ ਵੱਲੋਂ, ਕਿ ਜੀ ਅਸੀਂ ਸਰਕਾਰ ਨੂੰ, ਪੰਜਾਬ ਨੂੰ ਪ੍ਰਪੋਜ਼ਲ ਭੇਜਿਆ ਸੀ ਵੀ ਕਿਸਾਨਾਂ ਦੀ ਜ਼ਮੀਨ ਸਾਨੂੰ ਮੁਫ਼ਤ ਅਕਵਾਇਰ ਕਰਵਾ ਕੇ ਦਿੱਤੀ ਜਾਵੇ। ਮੈਨੂੰ ਦੱਸੋ ਭਾਈ ਉੱਥੇ 1 ਕਰੋੜ ਰੁਪਏ ਦੀ, 5-5 ਕਰੋੜ ਦਾ ਕਿੱਲਾ ਉੱਥੇ ਚੰਡੀਗੜ੍ਹ ਦੇ ਲਾਗੇ, ਕਿਹੜਾ ਜ਼ਿਮੀਦਾਰ ਮੁਫ਼ਤ ਜ਼ਮੀਨ ਦੇਊਗਾ ਜੀ ਆਪਦੀ ਦੇ ਵਿੱਚੋਂ ਰੇਲ ਕੱਢੂਗਾ। ਸੋ ਇਹ ਤਾਂ ਐਵੇਂ ਉਹ ਗੱਲ ਹੈ ਵੀ ਇਸ ਤਾਂ ਜੀ ਕਰਨਾ ਨਹੀਂ, ਪਾਉਣਾ ਤੁਸੀਂ ਕਿਸਾਨਾਂ 'ਤੇ ਹੈ ਜਾਂ ਪੰਜਾਬ ਸਰਕਾਰ 'ਤੇ, ਤੁਸੀਂ ਬਣਦੇ ਜੋ ਰੇਟ ਹੈ ਉੱਥੇ ਦਿਓ ਤਾਂ ਕਿ ਜਿਹੜੀ ਜ਼ਮੀਨ ਵੀ ਅਕੁਆਇਰ ਹੋਵੇ, ਤਾਂ ਕਿ ਜਿਹੜੀ ਮਾਲਵੇ ਖੇਤਰ ਨੂੰ ਜਿਹੜੀ ਸਹੂਲਤ ਹੈ ਚੰਡੀਗੜ੍ਹ ਨਾਲ ਰੇਲਵੇ ਕਨੈਕਟੀਵਿਟੀ ਦੀ ਜਿਹੜੀ ਹੈ ਉਹ ਮਿਲ ਸਕੇ। ਸੋ ਅਸੀਂ ਚਾਹੁੰਦੇ ਹਾਂ ਵੀ ਇੱਥੇ ਜਿਹੜੀਆਂ ਸੜਕਾਂ ਬਣਨ, ਪੰਜਾਬ ਦੀ ਤਰੱਕੀ ਹੋਵੇ, ਪਰ ਉਹਦੇ ਨਾਲ ਨਾਲ ਜਿੱਥੇ ਕੋਈ ਇੱਦਾਂ ਦੀ ਸਮੱਸਿਆ ਜਿਹੜੇ ਬਣਦੇ ਰੇਟ ਹੈ ਉਹ ਦੇਣੇ ਚਾਹੀਦੇ। ਦੇਖੋ ਅੱਜ ਨੀਂਹ ਪੱਥਰ ਵੀ ਰੱਖੇ ਗਏ ਆ ਜੀ, ਅਤੇ ਜਿਹੜੇ ਪਹਿਲਾਂ ਨੀਂਹ ਪੱਥਰ ਰੱਖੇ ਸੀ ਜਿੱਥੇ ਕੰਮ ਸੰਪੂਰਨ ਹੋ ਗਏ ਆ, ਉਹਨਾਂ ਕੰਮਾਂ ਦੇ ਅੱਜ ਕਰੋੜਾਂ ਦੇ ਕੰਮਾਂ ਦੇ ਉਦਘਾਟਨ ਵੀ ਜਿਹੜੇ ਕੀਤੇ ਗਏ ਆ। ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਬਰਨਾਲੇ ਹਲਕੇ ਵੱਲੋਂ, ਕਿਉਂਕਿ 1 ਕਰੋੜ ਰੁਪਏ ਦੀ ਗ੍ਰਾਂਟ ਸਾਡੇ ਵੱਖ ਵੱਖ ਪਿੰਡਾਂ 'ਚ ਇੱਥੇ ਆਈ ਆ। ਹੁਣ ਅਸੀਂ ਸੇਖੇ ਖੜ੍ਹੇ ਹਾਂ, ਪਹਿਲਾਂ ਜਲੂਰ ਉਦਘਾਟਨ ਕਰਕੇ ਆਏ ਹਾਂ, ਉਸ ਤੋਂ ਪਹਿਲਾਂ 32 ਸੇਖਵਾਂ। ਸੇਖੇ 'ਚ ਵੀ ਤੁਸੀਂ ਦੇਖੋ ਵੀ ਇੱਕ ਤਾਂ ਦੇਖੋ ਆ ਪੰਚਾਇਤ ਘਰ ਆ, 50 ਲੱਖ ਦੀ ਲਾਗਤ ਦੇ ਨਾਲੇ ਬਣਿਆ ਹੈਗਾ। ਇਦੋਂ ਪਹਿਲਾਂ ਜਲੂਰ ਵੀ ਪੰਚਾਇਤ ਘਰ ਦਾ ਉਦਘਾਟਨ ਜਿਹੜਾ ਕੀਤਾ, ਅਤੇ ਇੱਦਾਂ ਦੇ ਮੈਨੂੰ ਲੱਗਦਾ ਵੀ ਪੰਚਾਇਤ ਘਰ ਕਦੇ ਕਿਸੇ ਸੋਚੇ ਵੀ ਨਹੀਂ ਹੋਣੇ। ਇਹ ਪੰਚਾਇਤ ਘਰ ਵੀ ਹੈ, ਇੱਥੇ ਕੱਲ੍ਹ ਨੂੰ ਕੋਈ ਸਾਂਝਾ ਸਮਾਗਮ ਕਰਨਾ, ਕਿਸੇ ਪਿੰਡ ਦਾ ਕੋਈ ਕਿਸੇ ਧੀ ਦਾ ਵਿਆਹ ਕਰਨਾ, ਇੱਦਾਂ ਦੇ ਇੱਥੇ ਜਿਹੜੇ ਕਾਰਜ ਆ ਜਿਹੜੇ ਉਹ ਹੋ ਸਕਦੇ ਆ, ਇਹ ਦੋਨੇ ਪਿੰਡਾਂ 'ਚੋਂ ਬਣਾਏ ਗਏ ਆ। ਇਦੋਂ ਬਿਨਾਂ 80 ਲੱਖ ਦੇ ਨਾਲ 40 ਲੱਖ ਦੇ ਨਾਲ ਗਲੀਆਂ, ਅਤੇ 40 ਲੱਖ ਜਿਹੜਾ ਛੱਪੜ ਦਾ ਅੱਜ ਜਿਹੜਾ ਕਹਿ ਲਓ ਵੀ ਉਦਘਾਟਨ ਆ, ਜਿਹੜਾ ਨੀਂਹ ਪੱਥਰ ਆ ਜਿਹੜਾ ਉਹ ਰੱਖਿਆ ਗਿਆ। ਇਦੋਂ ਬਿਨਾਂ ਆਉਣ ਵਾਲੇ ਸਮੇਂ 'ਚ, ਕਿਉਂਕਿ ਟੈਂਡਰ ਖੁੱਲ੍ਹਣ ਵਾਲੇ ਆ, ਇੱਕ ਤਾਂ ਸੇਖੇ ਦੀ ਜਿਹੜੀ ਫਿਰਨੀ ਹੈ ਉਹਦਾ ਟੈਂਡਰ ਲੱਗਿਆ ਹੋਇਆ ਹੈਗਾ, ਅਤੇ ਇੱਕ ਜਿਹੜੀ ਅੰਦਰਲੀ ਸੜਕ ਹੈ ਉਹ ਮੈਨੂੰ ਵੀ ਆਉਂਦੇ ਨੂੰ, ਕਿਉਂਕਿ ਪਹਿਲਾਂ ਵਿਰੋਧੀ ਧਿਰ ਦਾ MLA ਸੀ, 1 ਸਾਲ ਹੋ ਗਏ, ਉਹ ਸੜਕ ਦੇ ਹਾਲਾਤ ਉਹੀ ਸੀ, ਅਤੇ ਬੜੇ ਲੰਬੇ ਸਮੇਂ ਦੀ ਡਿਮਾਂਡ ਸੀ, ਉਹਦਾ ਵੀ 2-4 ਦਿਨਾਂ ਤੱਕ ਟੈਂਡਰ ਖੁੱਲ੍ਹ ਜੂਗਾ, ਉਹਦਾ ਵੀ ਜਿਹੜਾ ਨੀਂਹ ਪੱਥਰ ਲਾਉਣ ਵਾਲਾ ਸਮੇਂ ਜਿਹੜਾ ਉਹ ਰੱਖਿਆ ਜਾਊਗਾ। ਅਤੇ ਇਦੋਂ ਬਿਨਾਂ ਅੱਜ ਜਲੂਰ 'ਚ ਤਕਰੀਬਨ 2 ਕਰੋੜ ਦੇ ਕੰਮਾਂ ਦਾ ਜਿਹੜਾ ਨੀਂਹ ਪੱਥਰ ਰੱਖਿਆ ਗਿਆ, 32 ਸੇਖਵਾਂ 'ਚ ਵੀ ਤਕਰੀਬਨ ਉੱਥੇ ਵੀ ਇੱਕ ਛੱਪੜ ਦਾ ਸੀਗਾ, ਗਲੀਆਂ ਦਾ ਸੀਗਾ, 65 ਲੱਖ ਦੇ ਕੰਮਾਂ ਦਾ ਉੱਥੇ ਜਿਹੜਾ ਨੀਂਹ ਪੱਥਰ ਹੈ ਇਹ ਰੱਖਿਆ ਗਿਆ। ਅਤੇ ਪਹਿਲੀ ਵਾਰ ਹੈ, ਮਤਲਬ ਕਿ ਵੀ ਪਿਛਲੇ 75 ਸਾਲਾਂ 'ਚ ਸਾਰੇ ਸਾਡੇ ਪਿੰਡਾਂ ਵਾਲੇ ਖੜ੍ਹੇ ਆ, ਕਿਸੇ ਸਰਕਾਰ 'ਚ ਪਹਿਲੇ 2.5 ਸਾਲਾਂ 'ਚ ਇੰਨੇ ਪੈਸੇ ਨਹੀਂ ਆਏ ਹੋਣੇ ਬਰਨਾਲੇ ਸਾਡੇ ਹਲਕੇ 'ਚ ਜਾਂ ਪੰਜਾਬ ਦੇ ਪਿੰਡਾਂ 'ਚ, ਜਿੰਨੇ ਪੈਸੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਵਿੱਚ ਆਇਆ। ਮੈਂ ਤਾਂ ਪਿੰਡਾਂ ਜਾ ਕੇ ਮਾਂਹ ਖੜੀਆਂ ਕਰਾ ਕੇ ਪੁੱਛਦਾ ਵੀ ਕੋਈ ਇੱਥੇ ਸਾਬਕਾ ਸਰਪੰਚ ਮੈਂਬਰ ਬੈਠੇ ਹੋਣਗੇ, ਕਿਸੇ ਪਿੰਡ 'ਚ ਇੰਨੇ ਪੈਸੇ ਵੀ ਪਹਿਲੇ 2-2.5 ਸਾਲਾਂ 'ਚ ਆਏ ਹੋਣ। 1 ਕਰੋੜ ਰੁਪਇਆ ਤਾਂ ਸਾਡੇ ਆ ਜਿਹੜੇ ਨਹਿਰੀ ਪਾਈਪ ਲਾਈਨ ਹੈ ਹਰੇਕ ਪਿੰਡ 'ਚ, ਉਹਨਾਂ ਨੂੰ ਜਿਹੜਾ ਉਹ ਆ ਚੁੱਕਿਆ। ਆ ਛੱਪੜਾਂ ਦਾ ਤਾਂ ਕਦੇ ਕਿਸੇ ਸੋਚਿਆ ਨਹੀਂ ਸੀ, ਹਰੇਕ ਪਿੰਡ ਕਿਤੇ ਸਾਡੇ 2 ਛੱਪੜਾਂ ਨੂੰ ਪੈਸੇ ਆ ਗਏ। ਹੁਣ ਇੱਥੇ ਵੀ ਸੇਖੇ 2 ਨੂੰ ਆ ਗਏ ਨਾ, ਇੱਕ ਪਹਿਲਾਂ ਹੋ ਗਿਆ, ਇੱਕ ਹੈਗਾ ਨਾ ਜਲੂਰ, ਮੈਨੂੰ ਲੱਗਦਾ 3 ਛੱਪੜਾਂ ਨੂੰ ਆ ਗਏ। ਸਾਰੇ ਪਿੰਡਾਂ 'ਚ ਮਤਲਬ ਕਿ ਜਿੰਨੇ ਜਿੰਨੇ ਛੱਪੜ ਨੇ ਸਾਰਿਆਂ ਨੂੰ ਜਿਹੜੇ ਪੈਸੇ ਆ ਉਹ ਆ ਰਿਹਾ। ਫਰਵਾਈ ਵਾਲੇ ਖੜ੍ਹੇ, ਇਹਨਾਂ ਦੇ ਵੀ 3 ਛੱਪੜਾਂ ਨੂੰ ਆ ਗਏ, ਇੱਕ ਜਿਹੜਾ ਰਹਿ ਗਿਆ ਉਹ ਐਤਕੀ ਫੇਰ ਜਿਹੜਾ ਉਹ ਪਾਇਆ ਹੋਇਆ ਗ੍ਰਾਂਟ ਦੇ ਵਿੱਚ। ਸੋ ਅਸੀਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ 1 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਹੈ ਉਹ ਬਰਨਾਲੇ ਲਈ ਆ ਰਹੀ ਹੈ, ਅਤੇ ਆਉਣ ਵਾਲੇ ਸਮੇਂ 'ਚ ਵੀ, ਕਿਉਂਕਿ
ਆਹਾ ਜਿਹੜੀ ਇਸ ਵਾਰੀ ਜਿਹੜਾ ਸਾਨੂੰ ਕੈਟਲ ਫੰਡ ਅਤੇ ਹੋਰ ਫੰਡਸ ਦੇ ਵਿੱਚੋਂ ਤਕਰੀਬਨ 80 ਕਰੋੜ ਰੁਪਈਆ ਜਿਹੜਾ ਦਿੱਤਾ ਗਿਆ ਕੇਵਲ ਪੇਂਡੂ ਖੇਤਰ ਦੇ ਲਈ, ਉਹਦੇ ਲਈ ਮੁੱਖ ਮੰਤਰੀ ਸਾਹਿਬ ਦਾ ਅਸੀਂ ਬਹੁਤ ਧੰਨਵਾਦ ਕਰਦੇ। ਦੇਖੋ ਕਈ ਜਗ੍ਹਾ 'ਤੇ ਸਮੱਸਿਆ ਇਹ ਆ ਰਹੀ ਹੈ ਵੀ ਹੁਣ ਉੱਥੇ ਮਾਰਕੀਟ ਰੇਟ ਹੈ, ਮੰਨ ਲਓ ਮੈਂ ਬਠਿੰਡੇ ਦੀ ਉਦਾਹਰਨ ਦੇਵਾਂ, ਉੱਥੇ 2.5 ਕਰੋੜ ਰੁਪਈਆ, ਅਤੇ ਐਕੁਆਇਰ ਕਰਨ ਲਈ ਅਸੀਂ ਕਹਿ ਰਹੇ ਹਾਂ ਵੀ ਜੀ ਤੁਸੀਂ 1.25 ਕਰੋੜ ਰੁਪਇਆ ਦੇ ਦਿਉ, ਤੁਹਾਡੀ ਜ਼ਮੀਨ ਜਿਹੜੀ ਆ ਉਹ ਲੈਣੀ ਹੈ। ਤਾਂ ਮੈਨੂੰ ਦੱਸੋ ਵੀ ਕਿਹੜਾ ਜ਼ਿਮੀਦਾਰ ਜਾਂ ਜ਼ਿਮੀਦਾਰ ਨਾ ਵੀ ਹੋਵੇ, ਕਿਹੜਾ ਵਿਅਕਤੀ ਆਪਦੀ 2.5 ਕਰੋੜ ਵਾਲੀ ਚੀਜ਼ 1.25 ਕਰੋੜ ਦੀ ਦੇਊਗਾ। ਠੀਕ ਹੈ, ਜਿਹੜੇ ਸਹੀ ਮੁੱਲ ਨੇ ਜੋ ਬਣਦੇ ਮਾਰਕੀਟ ਰੇਟ ਹੈ ਉਹ ਦਿੱਤੇ ਜਾਣ, ਤਾਂ ਲੋਕ ਤਾਂ ਚਾਹੁੰਦੇ ਹੀ ਹੈ ਵੀ ਭਾਈ ਜਿਹੜੀ ਡਿਵੈਲਪਮੈਂਟ ਸਟੇਟ ਦੀ ਹੋਵੇ ਤਾਂ ਇਹਦੇ ਲਈ, ਪਰ ਰੇਟ ਵੀ ਜਿਹੜੇ ਬਣਦੇ ਆ ਉਹ ਦੇਣੇ ਚਾਹੀਦੇ ਆ। ਹੁਣ ਮੈਂ ਤੁਹਾਨੂੰ ਉਦਾਹਰਨ ਤੌਰ 'ਤੇ ਮੈਂ ਸਵਾਲ ਚੁੱਕਿਆ ਸੀਗਾ ਉੱਥੇ ਪਾਰਲੀਮੈਂਟ 'ਚ ਵੀ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਲੈ ਕੇ ਚੰਡੀਗੜ੍ਹ ਤੱਕ ਰੇਲ ਦੀ ਜਿਹੜੀ ਹੈ ਉਹ ਕੀਤੀ ਜਾਵੇ। ਉਸ ਤੋਂ ਬਾਅਦ ਮੈਂ ਇੱਕ ਰਿਟਰਨ ਦਿੱਤਾ, ਮੈਨੂੰ ਰਿਟਰਨ ਰਿਪਲਾਈ ਆਇਆ ਸਰਕਾਰ ਵੱਲੋਂ, ਕੇਂਦਰ ਵੱਲੋਂ, ਕਿ ਜੀ ਅਸੀਂ ਸਰਕਾਰ ਨੂੰ, ਪੰਜਾਬ ਨੂੰ ਪ੍ਰਪੋਜ਼ਲ ਭੇਜਿਆ ਸੀ ਵੀ ਕਿਸਾਨਾਂ ਦੀ ਜ਼ਮੀਨ ਸਾਨੂੰ ਮੁਫ਼ਤ ਅਕਵਾਇਰ ਕਰਵਾ ਕੇ ਦਿੱਤੀ ਜਾਵੇ। ਮੈਨੂੰ ਦੱਸੋ ਭਾਈ ਉੱਥੇ ਕਰੋੜਾਂ ਰੁਪਏ ਦੀ, 5-5 ਕਰੋੜ ਦਾ ਕਿੱਲਾ ਉੱਥੇ ਚੰਡੀਗੜ੍ਹ ਦੇ ਲਾਗੇ, ਕਿਹੜਾ ਜ਼ਿਮੀਦਾਰ ਮੁਫ਼ਤ ਜ਼ਮੀਨ ਦੇਊਗਾ ਜੀ ਆਪਦੀ ਦੇ ਵਿੱਚੋਂ ਰੇਲ ਕੱਢੂਗਾ। ਸੋ ਇਹ ਤਾਂ ਐਵੇਂ ਉਹ ਗੱਲ ਹੈ ਵੀ ਇਸ ਤਾਂ ਜੀ ਕਰਨਾ ਨਹੀਂ, ਪਾਉਣਾ ਤੁਸੀਂ ਕਿਸਾਨਾਂ 'ਤੇ ਹੈ ਜਾਂ ਪੰਜਾਬ ਸਰਕਾਰ 'ਤੇ, ਤੁਸੀਂ ਬਣਦੇ ਜੋ ਰੇਟ ਹੈ ਉੱਥੇ ਦਿਓ ਤਾਂ ਕਿ ਜਿਹੜੀ ਜ਼ਮੀਨ ਵੀ ਅਕੁਆਇਰ ਹੋਵੇ, ਤਾਂ ਕਿ ਜਿਹੜੀ ਮਾਲਵੇ ਖੇਤਰ ਨੂੰ ਜਿਹੜੀ ਸਹੂਲਤ ਹੈ ਚੰਡੀਗੜ੍ਹ ਨਾਲ ਰੇਲਵੇ ਕਨੈਕਟੀਵਿਟੀ ਦੀ ਜਿਹੜੀ ਹੈ ਉਹ ਮਿਲ ਸਕੇ। ਸੋ ਅਸੀਂ ਚਾਹੁੰਦੇ ਹਾਂ ਵੀ ਇੱਥੇ ਜਿਹੜੀਆਂ ਸੜਕਾਂ ਬਣਨ, ਪੰਜਾਬ ਦੀ ਤਰੱਕੀ ਹੋਵੇ, ਪਰ ਉਹਦੇ ਨਾਲ ਨਾਲ ਜਿੱਥੇ ਕੋਈ ਇੱਦਾਂ ਦੀ ਸਮੱਸਿਆ ਜਿਹੜੇ ਬਣਦੇ ਰੇਟ ਹੈ ਉਹ ਦੇਣੇ ਚਾਹੀਦੇ।